ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ ਚੈਨਲ ਸੋ ਗਾਈਜ਼ ਅੱਜ ਦੇ ਵਲੌਗ 'ਚ ਮੈਂ ਕਰਨ ਲੱਗੀ ਹਾਂ ਮੈਂ ਨਹੀਂ ਕਰਨ ਲੱਗੀ ਮੰਮੀ ਕਰਨ ਲੱਗੇ ਆ ਮੇਰਾ ਮੇਕਅਪ ਸੋ ਅੱਜ ਮੈਂ ਮੰਮੀ ਤੋਂ ਆਪਣਾ ਮੇਕਅਪ ਕਰਾਉਣਾ ਆ ਹਮੇਸ਼ਾ ਤੋਂ ਇੱਦਾਂ ਹੁੰਦਾ ਸੀਗਾ ਜਿਵੇਂ ਆਪਾਂ ਕਿਸੇ ਫੰਕਸ਼ਨ 'ਤੇ ਜਾਣਾ ਪਾਰਟੀ 'ਤੇ ਜਾਣਾ ਜਾਂ ਫਿਰ ਵਿਆਹ ਸ਼ਾਦੀ 'ਤੇ ਕਿਤੇ ਜਾਣਾ ਅਤੇ ਜੇ ਖੁਦ ਤਿਆਰ ਹੋਣਾ ਹੁੰਦਾ ਸੀਗਾ ਅਤੇ ਮੰਮੀ ਮੈਨੂੰ ਕਹਿੰਦੇ ਸੀਗੇ ਜਾਂ ਦੀਦੀ ਨੂੰ ਕਹਿੰਦੇ ਸੀਗੇ ਕਿ ਮੇਕਅਪ ਕਰ ਦਿਓ ਮੇਰਾ ਅਤੇ ਮੰਮੀ ਨੂੰ ਇੰਨਾ ਮੇਕਅਪ ਹੁਣ ਨਹੀਂ ਆਉਂਦਾ ਆ ਮੰਮੀ ਦੱਸਦੇ ਹੁੰਦੇ ਕਿ ਮੰਮੀ ਨੂੰ ਪਹਿਲਾਂ ਬਹੁਤ ਵਧੀਆ ਮੇਕਅਪ ਕਰਨਾ ਆਉਂਦਾ ਸੀਗਾ ਸੋ ਅੱਜ ਆਪਾਂ ਮੰਮੀ ਤੋਂ ਕਰਾਉਣਾ ਆ ਮੇਕਅਪ ਸੋ ਦੇਖਦੇ ਹਾਂ ਮੰਮੀ ਮੇਰਾ ਕਿੱਦਾਂ ਦਾ ਮੇਕਅਪ ਕਰਦੇ ਆ ਮੈਂ ਕਾਫੀ ਸਾਰਾ ਸਮਾਨ ਇੱਥੇ ਇਕੱਠਾ ਕਰਕੇ ਆਲਰੇਡੀ ਰੱਖ ਲਿਆ ਮੈਂ ਤੁਹਾਨੂੰ ਦਿਖਾਉਂਦੀ ਹਾਂ ਸੋ ਇੱਕ ਮਿੰਟ ਇਹਦੇ ਵਿੱਚ ਮੇਰੇ ਕਾਫੀ ਸਾਰੇ ਬ੍ਰਸ਼ਿਸ ਨੇ ਐਂਡ ਜੋ ਬਿਊਟੀ ਬਲੈਂਡਰ ਹੁੰਦਾ ਆ ਉਹ ਆ ਕਾਫੀ ਸਾਰੇ ਨੇ ਐਂਡ ਦੋ ਤਿੰਨ ਪੈਲਟ ਜਿਹੜੇ ਆਈ ਸ਼ੈਡੋ ਪੈਲਟ ਹੁੰਦੇ ਨੇ ਉਹ ਮੈਂ ਰੱਖ ਲਏ ਆ ਚਾਰ ਪੂਰੇ ਤਾਂ ਮੰਮੀ ਅਤੇ ਆ ਮੰਮੀ ਕਿਹੜਾ ਯੂਜ ਕਰਨਗੇ ਐਂਡ ਕਾਫੀ ਸਾਰਾ ਮੇਕਅਪ ਅਤੇ ਇਹ ਸਾਰਾ ਕੁਛ ਯੂਜ਼ ਕਰਕੇ ਹੁਣ ਮੰਮੀ ਨੇ ਮੇਰਾ ਮੇਕਅਪ ਕਰਨਾ ਆ ਅਤੇ ਆਈ ਐਮ ਸੋ ਐਕਸਾਈਟਡ ਦੇਖਦੇ ਹਾਂ ਮੰਮੀ ਮੇਰਾ ਕਿੱਦਾਂ ਦਾ ਮੇਕਅਪ ਕਰਦੇ ਆ ਓਕੇ ਸੋ ਗਾਈਜ਼ ਮੰਮਾ ਨੂੰ ਆਪਾਂ ਬੁਲਾ ਲਿਆ ਮੰਮੀ ਤੁਸੀਂ ਅੱਜ ਮੇਰਾ ਮੇਕਅਪ ਕਰੋਗੇ ਮੈਂ ਕਦੀ ਕਿਸੇ ਦਾ ਨਹੀਂ ਕੀਤਾ ਇਹ ਮੰਮਾ ਨੇ ਮੈਨੂੰ ਪਹਿਲਾਂ ਕਪੜਾ ਮੈਂ ਕਰ ਲੈਂਦੀ ਹੁੰਦੀ ਸੀ ਪਹਿਲਾਂ ਉਹ ਵੀ ਨਹੀਂ ਹੁਣ ਤਾਂ ਆਉਂਦਾ ਮੈਨੂੰ ਢੰਗ ਸੋ ਆ ਰਿਹਾ ਸਾਰਾ ਸਮਾਨ ਇਹਦੇ ਵਿੱਚ ਸਾਰੇ ਮੇਕਅਪ ਪ੍ਰੋਡਕਟਸ ਨੇ ਆਹ ਸਾਰੇ ਬ੍ਰਸ਼ਿਸ ਨੇ ਜਿਹੜੇ ਤੁਸੀਂ ਯੂਜ਼ ਕਰਨੇ ਆ ਅਤੇ ਆਹ ਤਿੰਨ ਚਾਰ ਪੈਲਟ ਨੇ ਜੋ ਆਪਾਂ ਆਈ ਮੇਕਅਪ ਤੁਸੀਂ ਮੇਰਾ ਕਰੋਗੇ ਯੂ ਨੋ ਆਈ ਸ਼ੈਡੋ ਐਂਡ ਆਲ ਸੋ ਆਹ ਸਾਰਾ ਕੁਛ ਇਹਦੇ ਵਿੱਚ ਆ ਕੀ ਬਣੂ ਤੇ ਪਤਾ ਨਹੀਂ ਕੀ ਬਣੂ ਮੇਰਾ ਸੋ ਸਟਾਰਟ ਕਰਦੇ ਹਾਂ ਗਾਈਜ਼ ਚਲੋ ਮੰਮਾ ਮੇਕਅਪ ਕਰੋ ਮੇਰਾ ਕਰੋ ਕੀ ਲਈਦਾ ਪਹਿਲਾਂ ਮੈਂ ਥੋੜ੍ਹੀ ਦੱਸਣਾ ਹੈ ਤੁਸੀਂ ਆਪੇ ਲਾਓ ਤੁਸੀਂ ਦੇਖੋ ਆਹ ਸਾਰੇ ਇਹ ਤਾਂ ਬ੍ਰਸ਼ਿਸ ਨੇ ਬ੍ਰਸ਼ਿਸ ਥੋੜ੍ਹੀ ਲਾਓਗੇ ਬ੍ਰਸ਼ਿਸ ਨਾਲ ਲੱਗਣਾ ਮੇਕਅਪ ਹੀਰਾ ਵਾ ਆਹ ਹੀ ਲਾਈਦਾ ਪਹਿਲਾਂ ਹੈ ਨਾ ਪਹਿਲੋਂ ਕੀ ਲਾਈਦਾ ਮੈਨੂੰ ਤਾਂ ਪਤਾ ਵੀ ਨਹੀਂ ਤੁਸੀਂ ਮੈਨੂੰ ਅਗਰ ਨਾਮ ਵੀ ਦੱਸ ਦੋਗੇ ਮੈਂ ਚੀਜ਼ ਤੁਹਾਨੂੰ ਕੱਢ ਕੇ ਦੇ ਦੂੰਗੀ ਫਾਊਂਡੇਸ਼ਨਰ ਲਗਾਉਂਦੇ ਸਿੱਧਾ ਫਾਊਂਡੇਸ਼ਨ ਲਾ ਦਿਓ ਨਹੀਂ ਪਹਿਲੋਂ ਕਲੀਨ ਉਹ ਕਰਦੇ ਹੁੰਦੇ ਕੀ ਉਹਨੂੰ ਕਹਿੰਦੇ ਹੁੰਦੇ ਆ ਕਲੀਜ਼ਿੰਗ ਕਲੀਜ਼ਿੰਗ ਕਲੋਜ਼ਿੰਗ ਮੈਂ ਕੀਤੀ ਹੋਈ ਆ ਫਿਰ ਕੀ ਕਰਾਂ ਮੈਂ ਕੀ ਲਾਈਦਾ ਪਹਿਲਾਂ ਹੁਣ ਤੂੰ ਦੱਸ ਦੇ ਤੂੰ ਮੈਨੂੰ ਕੀ ਪਤਾ ਦੇਖੋ ਕੀ ਲਾਉਣਾ ਤੁਸੀਂ ਮੈਂ ਜ਼ਿਆਦਾ ਸਮਾਨ ਵੀ ਨਹੀਂ ਰੱਖਿਆ ਫਿਰ ਵੀ ਜੋ ਜੋ ਮੇਨ ਮੇਨ ਚੀਜ਼ਾਂ ਮੈਂ ਉਹੀ ਰੱਖੀਆਂ ਮਜ਼ਲਰੀਆਂ ਲਾਉਣੀਆਂ ਨਾ ਤੂੰ ਆ ਮੈਂ ਤੁਹਾਨੂੰ ਦੱਸ ਸਾਰੇ ਲਾਉਣਾ ਆ ਸਾਰਾ ਕੁਝ ਯੂਜ਼ ਹੋਣਾ ਬਸ ਲਿਪਸਟਿਕਸ ਮੈਂ ਚਾਰ ਪੰਜ ਰੱਖਿਆ ਤੁਸੀਂ ਮਰਜ਼ੀ ਨਾਲ ਲਾ ਸਕਦੇ ਹੋ ਆਈ ਸ਼ੈਡੋ ਮੈਂ ਤਿੰਨ ਚਾਰ ਰੱਖਿਆ ਬਾਕੀ ਸਾਰਾ ਕੁਝ ਯੂਜ਼ ਮੈਂ ਫਿਰ ਆਪਣੇ ਹਿਸਾਬ ਨਾਲ ਲਾ ਦੇਣਾ ਮੇਰੇ ਵੱਲੋਂ ਤੂੰ ਸਾਰਾ ਕੁਝ ਹੀ ਰੱਖਿਆ ਜੋ ਮੇਰੇ ਸਮਝ ਆਉਂਦਾ ਪਰ ਆ ਸਾਰਾ ਕੁਝ ਹੀ ਲੱਗਣਾ ਤੁਸੀਂ ਕੁਝ ਵੀ ਸਾਰਾ ਕੁਝ ਹੀ ਲੱਗਣਾ ਕਿਹੜਾ ਪਹਿਲਾਂ ਲੱਗਣਾ ਕਿਹੜਾ ਬਾਅਦ ਚ ਮੈਨੂੰ ਤੁਸੀਂ ਦੇਖੋ ਲਾਓ ਹੁਣ ਪੜੋ ਮੈਨੂੰ ਮੈਂ ਕੋਈ ਇੱਥੇ ਪਾਰਲਰ ਦਾ ਕੋਰਸ ਕੀਤਾ ਲਾਓ ਕੁਝ ਤਾਂ ਲਾਓ ਕੱਢੋ ਮੈਂ ਨਹੀਂ ਕਦੇ ਕੀਤਾ ਇੰਨੇ ਫਾਲਤੂ ਦੇ ਮੇਕਅਪ ਨਾ ਮੈਂ ਇੰਨੀਆਂ ਕਰੀਮਾਂ ਲਾਈਆਂ ਫਾਲਤੂ ਦੇ ਮੇਕਅਪ ਫਾਲਤੂ ਦੇ ਇੰਨੀਆਂ ਕਰੀਮਾਂ ਮੈਂ ਕਦੀ ਲਾਈਆਂ ਹੀ ਨਹੀਂ ਚਲੋ ਲਾਓ ਹਣ ਫੇਸ ਪਾਊਡਰ ਲਾ ਲਈ ਤਾਂ ਛੁੱਟੀ 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 ਨਹੀਂ ਹੋਣੀ ਹੁਣ ਅੱਜ ਮੈਂ ਤਾਂ ਕੋਈ ਕਰੀਮ ਵੀ ਨਹੀਂ ਲਾਈ ਕਦੀ ਮੈਂ ਲਾ ਦਿੰਦੀ ਦੇਖੀ ਜਾਊਗੀ ਜੋ ਹੋਊਗਾ ਹਾਂ ਕੀ ਕਰੀਮ ਇਹਦੇ ਕਿੱਦਾਂ ਕਿਹਦੇ ਨਾਲ ਲਾਓਗੇ ਮੈਨੂੰ ਤਾਂ ਖੁਦ ਨਹੀਂ ਪਤਾ ਇਹਨਾਂ ਕਰਨਾ ਕੀ ਆ ਤੂੰ ਇੰਨਾ ਪੰਗਾ ਲੈ ਕੇ ਲਿਆ ਮੈਨਾਂ ਲਾ ਦੋ ਯਾਰ ਜਿੱਦਾਂ ਮਰਜ਼ੀ ਲਾਓ ਕੀ ਕਰੀਦਾ ਇਹਨੂੰ ਹੱਥ ਦੇ ਪਾ ਲਈਦਾ ਮੈਨੂੰ ਹਾਏ ਰੱਬਾ ਮੈਂ ਕਦੀ ਮੇਕਅਪ ਨਹੀਂ ਕੀਤਾ ਮੈਂ ਆਪਣਾ ਮੇਕਅਪ ਵਧੀਆ ਕਰ ਲੈਂਦੀ ਸੀ ਉਸ ਜ਼ਮਾਨੇ 'ਚ 30 ਸਾਲ ਪਹਿਲਾਂ ਉਸ ਜ਼ਮਾਨੇ 30 ਸਾਲ ਪਹਿਲਾਂ ਹੁਣ ਸਾਡੇ ਕੋਲ ਯਾਰ ਮੈਂ ਇੰਨਾ ਕੁ ਦੱਸ ਦਿੰਦੀ ਹਾਂ ਕਿ ਇਹਦੇ ਨਾਲ ਇਹਦੇ ਨਾਲ ਕਰਦੇ ਹੋ ਮੈਂ ਆਪ ਤਾਂ ਦੱਸ ਦਿੰਦੀ ਹਾਏ ਚਲੋ ਹੱਥ ਨਾਲ ਲਾ ਦੋ ਇਹਦੇ ਨਾਲ ਵੀ ਲਾ ਸਕਦੇ ਹੋ ਮਰਜ਼ੀ ਹੈ ਜਿੱਦਾਂ ਮਰਜ਼ੀ ਇਹਦੇ ਨਾਲ ਵੀ ਲਾ ਸਕਦੇ ਹਾਂ ਜਿੱਦਾਂ ਮਰਜ਼ੀ ਤੂੰ ਹੀ ਸਿਖਾ ਦੇ ਮੈਨੂੰ ਮੈਨੂੰ ਤਾਂ ਪਤਾ ਸਿਖਾਣਾ ਕੀ ਚਲੋ ਇਹਦੇ ਨਾਲ ਲਾ ਦੋ ਇਹਦੇ ਨਾਲ ਇਦਾਂ ਲਾ ਦੋ ਮੈਨੂੰ ਤਾਂ ਆਪ ਨਹੀਂ ਆਉਂਦਾ ਇਦਾਂ ਤਾਂ ਕਰਦੀ ਹੁੰਦੀ ਇਹਨੂੰ ਇਦਾਂ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਨਾ ਮੇਰਾ ਮੇਕਅਪ ਕਿੱਦਾਂ ਹੋ ਰਿਹਾ ਚਲੋ ਕਰੋ ਥੋੜਾ ਟੇਡੇ ਜੇ ਹੋ ਜਾਓ ਮਾੜੇ ਜੇ ਆ ਲੋ ਜੀ ਹਾਂ ਟੇਡੇ ਹੋ ਜਾਂਦੇ ਆ ਅੱਜ ਮੇਕਅਪ ਵੀ ਸਿੱਖ ਲੈਂਦੇ ਆ ਅਸੀਂ ਵੀ ਚਲੋ ਥੋੜਾ ਬਹੁਤਾ ਤਾਂ ਆਊਗਾ ਹੀ ਬਸ ਹੋ ਤਾਂ ਗਿਆ ਬਸ ਹੋ ਪਰ ਕਾਫੀ ਲੈ ਲਿਆ ਮੈਂ ਤਾਂ ਲਾ ਦੋ ਹੁਣ ਸਾਰਾ ਹੀ ਫਿਰ ਕੀ ਬਾਤ ਹੈ ਉਹਨੂੰ ਤਾਂ ਕੋਰਸ ਕਰਨਾ ਪੈਣਾ ਭਾਈ ਬਾਲਰ ਜਾਣਾ ਪੈਣਾ ਅੱਜ ਤੇਰਾ ਮੇਕਅਪ ਵਧੀਆ ਹੀ ਕਰੂੰਗੀ ਦੇਖੀ ਜਾਵੇ ਜਲਦੀ ਕਰੋ ਮੈਨੂੰ ਨਾ ਹੁਣੇ ਤੋਂ ਏਦਾਂ ਆਉਣ ਲੱਗ ਗਿਆ ਜਿਵੇਂ ਹੀ ਕਿਉਂ ਨਹੀਂ ਨਹੀਂ ਕਰਵਾ ਦੂੰ ਮੇਕਅਪ ਵਧੀਆ ਕਰੂੰਗੀ ਟੈਨਸ਼ਨ ਲੈ ਤੂੰ
ਦੇਖੀ ਜਾਊਗਾ ਜੀ ਗਾਇਸ ਮੈਨੂੰ ਪਤਾ ਕੀ ਆ ਮੈਂ ਰਾਮਲੀਲਾ ਵਾਲੀ ਚੱਲ ਗਈ ਨਾ ਹੈ ਰਾਮਲੀਲਾ ਰਾਮਲੀਲਾ ਗਾਇਸ ਮੈਨੂੰ ਪਤਾ ਇੰਨੀ ਜ਼ਿਆਦਾ ਇਰੀਟੇਸ਼ਨ ਹੁੰਦੀ ਆ ਆਪਣੇ ਫੇਸ ਦਾ ਮੈਨੂੰ ਪਸੰਦ ਨਹੀਂ ਹੈ ਕਿ ਕੋਈ ਹੱਥ ਲਾਵੇ ਮਜਬੂਰੀ ਹੁੰਦੀ ਨਾ ਫੰਕਸ਼ਨ ਤੇ ਜਾਣਾ ਤੇ ਮੈਂ ਤੁਹਾਡੇ ਤੋਂ ਕਰਵਾ ਲਾ ਮੈਨੂੰ ਵੀ ਨਹੀਂ ਚੰਗਾ ਲੱਗਦਾ ਹਾਂ ਤੇ ਜਿਵੇਂ ਮੈਨੂੰ ਪ੍ਰੋਬਲਮ ਇਹ ਹੈ ਕਿ ਮੈਂ ਆਪਣੇ ਨਾ ਵਾਲਾਂ ਤੇ ਮੈਨੂੰ ਪਸੰਦ ਹੈ ਕੁਝ ਜ਼ਿਆਦਾ ਕਰਵਾਉਣਾ ਪਰ ਮੈਂ ਕਰਵਾ ਲੈਂਦੀ ਹਾਂ ਜਿਵੇਂ ਮੈਂ ਵਾਸ਼ ਵੀ ਕਰਵਾਉਣ ਜਾਂਦੀ ਹਾਂ ਨਾ ਤਾਂ ਮੈਨੂੰ ਖਿਝ ਚੜ੍ਹਦੀ ਰਹਿੰਦੀ ਹੈ ਉੱਥੇ ਕਿ ਯਾਰ ਪੁੱਟਦੇ ਰਹਿੰਦੇ ਆ ਜਾਂ ਫਿਰ ਮੂੰਹ ਤੇ ਕੋਈ ਕੁਝ ਮੇਕਅਪ ਕਰ ਰਿਹਾ ਤਾਂ ਉਹ ਜਿਸ ਤਰੀਕੇ ਨਾਲ ਕਰਦੇ ਮੈਨੂੰ ਇਰੀਟੇਸ਼ਨ ਹੈ ਤੇ ਮੈਂ ਇਸ ਕਰਕੇ ਆਪਣੀ ਸਿਸਟਰ ਦੇ ਵਿਆਹ ਤੇ ਵੀ ਖੁਦ ਹੀ ਤਿਆਰ ਹੋਈ ਸੀਗੀ ਕਿੱਦਾਂ ਦੀ ਤਿਆਰ ਹੋਈ ਸੀ ਮਾਵੇ ਬਹੁਤ ਵਧੀਆ ਹਾਂ ਉਸ ਟਾਈਮ ਦੇ ਹਿਸਾਬ ਨਾਲ ਮੈਂ ਬਹੁਤ ਵਧੀਆ ਸੀ ਲੇਕਿਨ ਅਗਰ ਮੈਂ ਤੁਹਾਨੂੰ ਹੁਣ ਫੋਟੋ ਦਿਖਾਉਂਗੀ ਤਾਂ ਥੋੜੀ ਜਿਹੀ ਯੂ ਨੋ ਕਮੀਆਂ ਮੈਂ ਆਪ ਹੀ ਕੱਢ ਲੈਂਦੀ ਹਾਂ ਤੇ ਤੁਸੀਂ ਵੀ ਆਬਵੀਅਸਲੀ ਕੱਢੋਗੇ ਹੀ ਤੁਸੀਂ ਆਪਣਾ ਕੰਮ ਕਰੋ ਤੁਸੀਂ ਆਪਣਾ ਕੰਮ ਕਰੋ ਮੈਂ ਨਾਲ ਦੀ ਨਾਲ ਉਹਨੂੰ ਸਟੋਰੀ ਵੀ ਦੱਸ ਰਹੀ ਹਾਂ ਆਪਣੀ ਇੱਥੇ ਮੈਂ ਲਾਇਆ ਨਹੀਂ ਮੈਂ ਇਹੀ ਕਸਾ ਦਿੰਦੇ ਹਾਂ जल्दी करो मजे बस हो गया हूँ फाउंडेशन मैं देखना पसंद करूंगी गाइस चलो तुसी अपना देखो कि तुसी नेक्स्ट की लोना है मुंह चमक गया ओहो नेक्स्ट द फेस पाउडर ही नहीं फेस पाउडर है गाइस ये की है गाइस ये फेस पाउडर है क्या नहीं बेटे हाइलाइटर है मां एक मिनट कितने अगर इन्नू फेस पाउडर समझ के मां मेरे मुंह ते ला रे मैं तो चखया ही से अजे मम्मी मेरा जो जुलूस निकल रहा है सब लाना ही है यार जिद्दा मर्जी ला दो ब्रश ला लो केड़ा चक्को अगे पीछे थोड़ी देखना ब्रश केड़ा चक्कोगे केड़े पहला लानी चीज या तो तू दस दे नहीं नहीं तुसी जो चक्कोगे चक्को हां की है फेस पाउडर या हां ब्रश और इन्ने ब्रश है ना जो की पता लगदा भला केड़ा लाना है तू दस मेनू कोई भी चक मैं क्यों दसा अच्छा मैं ही करना है ये तो मेनू लगदा नहीं को समझ नहीं आंदी है ਇੰਨੇ ਬ੍ਰਸ਼ ਰੱਖੇ ਕਦੇ ਵੀ ਆ ਮੈਨੂੰ ਤਾਂ ਅੱਜ ਤੱਕ ਸਮਝ ਨਹੀਂ ਆਉਂਦੀ ਆਹੀ ਲੱਗ ਕਦੀ ਉਹ ਚੱਕਦੇ ਕਦੀ ਉਹ ਜਿਹੜਾ ਮਰਜ਼ੀ ਲਾ ਦੂੰ ਰੰਗ ਬਰੰਗੇ ਜੀ ਕਿਤੇ ਹੋ ਇੱਕ ਮਿੰਟ ਆ ਦੇਖਿਓ ਮੰਮੀ ਕੀ ਕਰ ਰਹੇ ਆ ਆ ਨਾ ਫੇਸ ਵਾਟਰ ਲੋੜ ਆ ਰਿਹਾ ਇਹਨੂੰ ਕਰ ਰਹੇ ਆ ਮੰਮੀ ਥੋੜੀ ਨਰਵਸ ਹੋ ਗਈ ਸੌਰੀ ਫੇਸ ਪਾਊਡਰ ਤਾਂ ਲਾ ਲਈਦਾ ਆਪਾਂ ਇਹਦਾ ਪਤਾ ਵੀ ਸੀ ਫੇਰ ਵੀ ਨਹੀਂ ਕੱਢਿਆ ਬ੍ਰਸ਼ ਨਾ ਹੀ ਲਾ ਦੋ ਲੋ ਰੱਖ ਦੋ ਉਹਨੂੰ जिदा मर्जी लाओ तुहानू पता होना मेकअप आर्टिस्ट हो तुसी गाइस इस मेकअप आर्टिस्ट नू कॉन्टैक्ट करो ਇਹ ਮੇਕਅਪ ਆਰਟਿਸਟ ਬਹੁਤ ਚੰਗੇ ਨੇ ਤੁਸੀਂ ਕੰਮ ਕਰੀ ਜਾਓ ਨਾਲ ਦੀ ਨਾਲ ਮੈਂ ਤੁਹਾਡੀ ਮਸ਼ਹੂਰੀ ਕਰ ਰਹੀ ਹਾਂ ਪ੍ਰਮੋਸ਼ਨ ਕਰ ਰਹੀ ਮੇਰਾ ਗਾਇਜ਼ ਇਹਨਾਂ ਦਾ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜੂਗਾ ਇੱਦਾਂ ਦਾ ਮੇਕਅਪ ਕਰਾਉਣਾ ਹੋਵੇ ਜੇ ਕਿਸੇ ਨੇ ਆਪਣੇ ਮੂੰਹ ਨੂੰ ਯੂ ਨੋ ਇਰੀਟੇਟ ਕਰਨਾ ਹੋਵੇ ਹੈਲੋ ਮੇਰੇ ਹੱਥ ਲੱਗ ਗਏ ਨਾ ਸੌਰੀ 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 ਚਮਕ ਆ ਜੂਗੀ ਹਾਂ ਹਾਂ ਸੌਰੀ ਨਹੀਂ ਗਾਇਜ਼ ਬਹੁਤ ਅੱਛਾ ਮੇਕਅਪ ਕਰਦੇ ਆ ਮੈਨੂੰ ਤਾਂ ਲੱਗ ਰਿਹਾ ਬੜਾ ਵਧੀਆ ਲੱਗ ਰਿਹਾ ਕਾਤਾ ਲੋ ਪਹਿਲਾਂ ਹੀ ਵਧੀਆ ਲੱਗਣ ਲੱਗ ਗਿਆ ਵਧੀਆ ਲੱਗਣ ਲੱਗ ਗਿਆ पैसे थोड़ी लेने मेकअप पैसे देने भी नहीं पता नहीं मां ਤੁਸੀਂ ਇਦਾਂ ਰੱਖੀ ਮੈਨੂੰ ਤਾਂ ਲੱਗ ਰਿਹਾ ਤੂੰ ਅੰਗਰੇਜ਼ਨ ਲੱਗ ਰਹੀ ਆ ਚਲੋ ਅੰਗਰੇਜ਼ਨ ਬਾਅਦ ਚ ਬਣਾ ਇੱਕ ਮਿੰਟ ਮੈਂ ਦੇਖਾਂ ਵੀਡੀਓ ਚੱਲਦੀ ਵੀ ਹੈ ਚੱਲਦੀ ਹੈ ਚੱਲਦੀ ਹੈ ਇਹ ਲੱਗਦਾ ਲਾਈਟ ਸਾਡੇ ਕੋਲ ਤੀਜਾ ਬੰਦਾ ਨਹੀਂ ਹੈਗਾ ਗਾਇਸ ਲਾਈਟਾਂ ਮੈਂ ਚਮਕ ਕਾਫੀ ਪੈ ਰਹੀ ਜੋ ਸ਼ੂਟ ਕਰਦੇ ਰਹੇ ਇਸ ਲਈ ਚੈੱਕ ਕਰ ਵੀ ਲਾਈਦਾ ਮੈਨੂੰ ਨਹੀਂ ਮੈਂ ਤਾਂ ਲਾਉਂਦੀ ਨਹੀਂ ਤੇਰੇ ਵੀ ਲਾਉਣਾ ਠੀਕ ਆ ਹੁਣ ਕੀ ਕਰਨਾ ਸੀ ਆਪਾਂ ਭਾਈ ਸਮਝ ਨਹੀਂ ਆਈ ਆ ਪਤਾ ਨਹੀਂ ਹੁਣ ਕੀ ਪੰਗੇ ਰੱਖੇ ਦੁਨੀਆ ਭਰ ਦੇ ਬਾਪਰੇ ਬਾਪ
कुछ समझ नहीं आती इन्हां बारे तो मैनू ओते मिटिया होया है 3D की है 3D आ सब तो नहीं लाने ना लाने फेस पाउडर तो बात तो नहीं लांदे कुछ भी मैनू नहीं पता लांदे कोई क्रीम मैनू नहीं पता केड़ी लांदे थोड़े जे आईडिया दे दे यार मैनू नहीं पता इन्ना रखिया दस मैं तो दो ही चीजा इस्तेमाल कीतिया भाई इन्ने च चेहरा चमक गया कुड़ी दा होर की चाहिए मेकअप करो मेरा होर की आई मेकअप करो चलो इन्ना दस दी मैं आवे आ ताडे को पैलेट ने इन्ना का गाइस दस देने नु समझ नहीं आ रहा ना खोल जा भरावा एदे विच बहुत सारे कलर्स ने हुन ए कलरां दा की करना मैं दस दी पई हां आ तो रुकी आहा कलर्स ने आ ता रहण ही दियो आ मैनु पसंद नहीं है क्योंकि ये लाउण दी की लोड़ है वैसे ते बात नहीं हैगी है लोड़ आई मेकअप करना है क्योंकि तुसी एदे विच काफी सारे कलर्स ने गाइस सारे थोप दो आलो एदे विचो ब्रश चको कोई कलर पसंद करो लाओ मेरे केड़ा वाला यूज करना तुसी दसो तिन्ना विचो जल्दी दसो केड़ा यूज करना है छेती करो पैलेट केड़ा यूज करना है आ वाला केदे चो कलर्स लाऊं ता ही है कलरफुल चलो आ वाले कलर्स लावांगे छोड़ो इन्हां नु बंद कर दो फिर बस अभी अच्छे लग रहे फिर उन्हें बाद चो देख दिया पहला एदे चो लाओ कोई कलर ये लाने कित्थे आ अखां ते लियाओ फिर अखां वाला ब्रश आही हुंदा ना ਮੈਨੂੰ ਕੀ ਪਤਾ ਆਪੇ ਦੇਖੋ ਕੋਈ ਮੈਨੂੰ ਯਾਰ ਇੰਨਾ ਦਾ ਆਈਡੀਆ ਦੇ ਦੇ ਮੈਨੂੰ ਕੱਖ ਨਹੀਂ ਪਤਾ ਇਹਨਾਂ ਦੇ ਬਾਰੇ ਨਾ ਮੈਂ ਹਜੇ ਕੰਮ ਦੀ ਕੀਤੀ ਹੈ ਬਾਹਰ ਬ੍ਰਸ਼ ਦੇ ਦਿੰਨੀ ਆ ਲੋ ਤਾਂ ਬੰਦੇ ਸਿੰਪਲ ਕੋਈ ਵੀ ਚੱਕ ਲੋ ਕੋਈ ਵੀ ਚੱਕ ਲੈ ਇੰਨੇ ਰੱਖੇ ਹੋਏ ਆ ਨਾ ਠੀਕ ਹੈ ਲਾਉਣਾ ਕਿਹੜਾ ਕਲਰ ਡਰੈਸ ਦੇ ਹਿਸਾਬ ਨਾਲ ਪਿੰਕ ਪਾਇਆ ਮੈਂ ਤਾਂ ਤੁਸੀਂ ਕੋਈ ਵੀ ਲਾ ਦਿਓ ਪਿੰਕ ਦੇ ਨਾਲ ਕੋਈ ਵੀ ਲਾ ਦਿਓ ਮੇਕਅਪ ਆਰਟਿਸਟ ਨੂੰ ਪਤਾ ਹੋਣਾ ਚਾਹੀਦਾ ਡਾਰਕ ਪਿੰਕ ਵੀ ਚੱਲੇਗਾ ਠੀਕ ਹੈ ਨਾ ਠੀਕ ਡਾਰਕ ਪਿੰਕ ਕਿੱਥੇ ਹੈ ਭਾਈ कलर भी अजकल अजीब अजीब जहाँ कि कुछ कह नहीं सकते डार्क ही है ना अपने हाथ से ला के देख रहे कलर भी अजकल शेड बहुत है समझ नहीं आता पैलेट गंदा करी जा रहे हैं चल रखा बंद कर आईलाइनर भी ला लाइनर बाद च लावांगे ਕਹਿੰਦੇ ਆਹਾ ਕੀ ਹੈ ਇਹਦੇ ਵਿੱਚ ਮੇਕਅਪ ਕਰਨਾ ਵਧੀਆ ਲੱਗਦਾ ਆ ਮੈਂ ਕੋਰਸ ਕਰਨਾ ਤੁਸੀਂ ਨਾ ਕਰੋ ਜਲਦੀ ਲਾਓ ਕਮਾਂਡ ਇਹ ਤਾਂ ਕੰਮ ਵਧੀਆ ਤੂੰ ਮੈਂ ਕਹਿੰਦੀ ਜਾਵਾਂ ਹੁਣ ਮੈਂ ਪਾਰਲਰ ਕੋਰਸ ਕਰ ਲਵਾਂ ਹਾਂ ਪਹਿਲਾਂ ਮੈਂ ਤੁਹਾਨੂੰ ਪਾਸ ਕਰੂੰਗੀ ਬੈਠ ਕੇ ਆ ਦੂੰਗੀ ਸਾਫ਼ ਕਰਨ ਦਾ ਨਹੀਂ ਹੋ ਰਿਹਾ ਸਾਫ਼ ਹੀ ਕਰਨ ਵਾਲਾ ਜਾਇ ਮੈਂ ਥੋੜੀ ਜਿਹਾ ਤੇ ਨਹੀਂ ਬੰਦ ਲਾਓ ਚਲੋ ਇਦਾਂ ਤਾਂ ਫਿਰ ਸਾਰੇ ਸਾਫ਼ ਕਰ ਦੋਗੇ ਤੁਸੀਂ ਮੇਕਅਪ ਕਰਨਾ ਢੰਗ ਨਾਲ ਕਰਨਾ ਚਲੋ ਕੀ ਜਾਊਗੇ ਆਸਾ ਵੀ ਆਇਆ ਤੈਨੂੰ ਮੈਂ ਬਣਾ ਦੇਣਾ ਪਰੀ ਪਾਪਾ ਕੀ ਪਾਪਾ ਕੀ ਪਰੀ ਮੰਮੀ ਕੀ ਪਰੀ ਬਣੇਗੀ ਅਭੀ ਤੋ ਤਵਾਰੀ ਕੀ ਬਣਨਾ ਜੀ ਤੇਰਾ ਆ ਕੀ ਆ ਇਹ ਲਾਉਣਾ ਜ਼ਰੂਰੀ ਨਹੀਂ ਸੀ ਵੈਸੇ ਜ਼ਰੂਰੀ ਸੀ ਮੈਨੂੰ ਕੀ ਪਤਾ ਮੈਨੂੰ ਥੋੜੀ ਦੇਖ ਰਿਹਾ ਦੇਖਣਾ ਹੀ ਦੇਖੂੰਗੀ ਪਹਿਲਾਂ ਲਾ ਤਾ ਲਓ ਅੱਖਾਂ ਅੱਖਾਂ ਤੇਰੀਆਂ ਲੱਭੜੀਆਂ ਨੇ ਅੱਜ ਇਹ ਤਾਂ ਹੁਣ ਬਣਦਾ मम्मी मेरा मेकअप करी गए इन्होंने लाइनर और कजल मेरे लाता हा पूछ वाला ते हुण तुसीं अगला की करना करो और की लाते मस्कारा भी लाता है लिपस्टिक रह गई हां इतनी जोर दी क्यों फाड़ रहे हो नहीं फाड़ दी चल तुसी नॉर्मल करो हो जाओ पहले ना थोड़ा मुंह ना खोलो ये दही नहीं खानी
लग गया हल्का सा प्रेस कर लो। ओके डन मेकअप डन। थोड़ा मेकअप आता पा दो मेकअप फिक्सर मतलब फिक्स हो जाएगा। हाँ फिक्स हो जाएगा परमानेंटली फिक्स हो जाएगा। स्प्रे करना है आंखें बंद करो ये सब पे हो जाए कोई टेंशन नहीं है आंखें बंद रखो दूर करो थोड़ा। क्या बात है ये स्प्रे फिक्स कर देगा ये निकल तो ना नहीं है इसमें स्प्रे है ही नहीं लगता सारा तो मैं स्प्रे कर करके फिक्स कर करके खत्म कर रखा है। गाइस स्प्रे नहीं निकल नहीं रहा हैगा तो है पर वो तो मतलब लगता है नीचे डाउन हो चुका है ना वो बेचारा निकल ही नहीं रहा। नहीं डाउन नहीं हो चुका है वो खराब हो चुका है। अच्छा स्प्रे यार ਇਹਦਾ ਪੰਪ ਜਿਹਾ ਖਰਾਬ ਹੋ ਗਿਆ ਲੱਗਦਾ ਤਾਂ ਕਰਕੇ ਨਿਕਲ ਨਹੀਂ ਰਹੇ ਨਾ ਫਿਕਸ ਕਿੱਦਾਂ ਰਹੂਗਾ ਫਿਰ ਆਪਾਂ ਤਾਂ ਫਿਕਸ ਨਹੀਂ ਕਰਨਾ ਆਪਾਂ ਠੀਕ ਆ ਹੁਣ ਮੈਂ ਜਾ ਕੇ ਫਿਕਸ ਕੀ ਕਰਨਾ ਆਪਾਂ ਨਹੀਂ ਜਾਊਗਾ ਸ਼ਾਮ ਰਾਤੜੀ ਰਾਤੜੀ ਨਹੀਂ ਮੈਂ ਮੂੰਹ ਧੋਣਾ ਜਾ ਕੇ ਜਾਂ ਇੰਨਾ ਵਧੀਆ ਮੇਕਅਪ ਹੋਇਆ ਇੰਨੀ ਜਲਦੀ ਨਹੀਂ ਲਾਉਣਾ ਨਹੀਂ। ਸੋ ਗਾਈਜ਼ ਮੰਮਾ ਨੇ ਮੇਰਾ ਮੇਕਅਪ ਕਰਤਾ ਹੁਣ ਮੈਂ ਜ਼ਰਾ ਦੇਖਾਂ ਇਸ ਵਾਰੀ ਗਾਈਜ਼ ਬਹੁਤ ਵਧੀਆ ਮੇਕਅਪ ਹੋਇਆ ਦੇਖ ਲਓ ਬਹੁਤ ਹੀ ਵਧੀਆ ਅੱਖਾਂ ਤਾਂ ਮੈਨੂੰ ਇੰਨੀਆਂ ਸੋਹਣੀਆਂ ਲੱਗ ਰਹੀਆਂ ਅੱਖਾਂ ਦਾ ਨਹੀਂ ਕੀਤਾ ਅੱਖਾਂ ਹੀ ਤਾਂ ਸੋਹਣੀਆਂ ਲੱਗ ਰਹੀਆਂ ਸਭ ਤੋਂ ਜ਼ਿਆਦਾ ਵਧੀਆ ਲੱਗ ਰਹੀਆਂ ਕਿਉਂਕਿ ਗਾਈਜ਼ ਦਾ ਮੇਕਅਪ ਬਹੁਤ ਵਧੀਆ ਹੋਇਆ। ਨਹੀਂ ਆਈਜ਼ ਦਾ ਮੇਕਅਪ ਆਈ ਸ਼ੈਡੋ ਠੀਕ ਹੈ ਮਸਕਾਰਾ ਵੀ ਤੁਸੀਂ ਬਹੁਤ ਵਧੀਆ ਲਾਇਆ ਹੈ ਬਹੁਤ ਵਧੀਆ ਨੋ ਡਾਊਟ ਤੇ ਲਿਪਸਟਿਕ ਵੀ ਤੁਸੀਂ ਬਹੁਤ ਵਧੀਆ ਲਾਈ ਹੈ ਕੁਛ ਇੱਧਰ ਉੱਧਰ ਨਹੀਂ ਕੀਤਾ ਆ ਥੈਂਕ ਯੂ ਬਲਸ਼ ਵੀ ਅੱਛਾ ਲਾਇਆ ਹਾਈਲਾਈਟਰ ਵੀ ਅੱਛਾ ਲਾਇਆ ਸਭ ਕੁਝ ਅੱਛਾ ਲਾਇਆ ਬਸ ਅੱਗੇ ਸੇ ਵੀ ਕਰ ਦਿਆ ਕਰਾਂਗੇ ਨੋ ਮੈਨੂੰ ਬਹੁਤ ਖੁਸ਼ੀ ਹੋਈ ਹੈ गाइस मुझे बहुत दिल से खुशी हुई है आज मैंने अपनी बेटी का मेकअप कराया। हाय 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 हुन मेरी गल सुनो अखां दा की कीता अखां बहुत सोहणी लग रही है सवाह सोहणी लग रही है क्योंकि कजल पाके और आईलाइनर लगा के मस्कारा भी एकदम बढ़िया लाया मैं नु। सो गाइस एदा लगदा जिदा नकली पलकां लाती हुंदियां ए एवें मर गई कंप्लीट करांगी एंड वीडियो नू लाइक शेयर कमेंट कर दिया करो एंड इस वीडियो के थले बहुत सारे कमेंट्स करो। मम्मी तो मैंने कहते सी मैं तेरा हेयर स्टाइल भी करना है बट मैं हेयर स्टाइल आज नहीं करना एक दिन च बंदा कितना क जुल्म सहूगा है ना जुल्म इतने सोने मेकअप किया सो मजाक कर दिया। सो अगर तुसी मम्मा दा हेयर स्टाइल देखना चाहते हो कि मम्मा किदा दा हेयर स्टाइल करते हैं सो तुसी थले कमेंट जरूर करो एंड आपां फिर बनावांगे फिर कभी। सो या मिलते हैं फिर नेक्स्ट व्लॉग च।